ਇਹ ਕੇਸ ਹੈਗਾ ਜੀ 25 ਤਰੀਕ ਨੂੰ ਸਾਨੂੰ ਇਨਪੁੱਟ ਆਈ ਸੀ ਕਿ ਕੋਈ 4 ਸਮਗਲਰ ਜਿਹੜੇ ਆ ਉਹ ਕਰੇਟਾ ਗੱਡੀ 'ਤੇ ਸ਼ਹਿਰ ਦੇ ਵਿੱਚ ਘੁੰਮ ਕੇ ਹੀਰੋਨ ਦਾ ਜਿਹੜਾ ਉਹ ਧੰਦਾ ਕਰ ਰਹੇ ਆ, ਜਿਹਦੇ ਤਹਿਤ ਵੱਖ ਵੱਖ ਪਾਰਟੀਆਂ ਬਣਾ ਕੇ ਆਪਾਂ ਸ਼ਹਿਰ ਦੇ ਵਿੱਚ ਲਾਈਆਂ ਸੀ, ਔਰ ਜਿਸ ਵਿੱਚ ਸਾਡੀ ਇੱਕ ਪਾਰਟੀ ASI ਗੁਰਿੰਦਰ ਸਿੰਘ ਵਾਲੀ ਜਿਹੜੀ ਸੀ ਉਹਨਾਂ ਨੇ ਇੰਟਰਸੈਪਟ ਕੀਤਾ ਇਸ ਗੱਡੀ ਨੂੰ, ਔਰ ਜਿਸ ਨੂੰ ਕਿ ਗੌਰਵ ਸ਼ਰਮਾ ਜਿਹੜਾ ਹੈ ਉਹ ਨਾਂ ਦਾ ਆਦਮੀ ਬਟਾਲਾ ਰੋਡ ਦਾ ਚਲਾ ਰਿਹਾ ਸੀ, ਔਰ ਜਦੋਂ ਉਹਨੂੰ ਚੈੱਕ ਕੀਤਾ ਗਿਆ ਸਾਡੇ DSP ਸਾਹਿਬ ਨੂੰ ਜ਼ਾਬਤੇ ਅਨੁਸਾਰ ਬੁਲਾ ਕੇ, ਅਤੇ ਉਸ ਕੋਲ ਜਿਹੜੀ ਆ 50 ਗ੍ਰਾਮ ਹੀਰੋਨ ਔਰ 1,16,000 ਰੁਪਈਆ ਡਰੱਗ ਮਨੀ, ਔਰ ਅਸ਼ਵਨੀ ਕੁਮਾਰ ਐਲੀਸ ਜਲੇਬੀ ਕੋਲੋਂ 255 ਗ੍ਰਾਮ ਹੀਰੋਨ ਜਿਹੜੀ ਬਰਾਮਦ ਹੋਈ। ਜਦੋਂ ਉਹਨਾਂ ਦੀ ਡਿਟੇਲ ਪੁੱਛਗਿੱਛ ਕੀਤੀ ਗਈ ਜਿਹਦੇ ਵਿੱਚ ਇਹ BSF ਵਾਲਾ ਜਿਹੜਾ ਕਿ ਸੁਸ਼ੀਲ ਕੁਮਾਰ ਆ ਇਹਦੇ ਬਾਰੇ ਪਤਾ ਚੱਲਿਆ, ਔਰ ਇਹਨੂੰ ਬਾਅਦ 'ਚ ਪਲਾਨਿੰਗ ਕਰਕੇ ਟਰੈਪ ਲਾ ਕੇ ਅਤੇ ਇਹਨੂੰ ਜਿਹੜਾ ਹੈ ਕਾਬੂ ਕੀਤਾ ਗਿਆ, ਜਿਹਦੀ ਦੌਰਾਨੇ ਪੁੱਛਗਿੱਛ ਇਹਦੇ ਕੁਆਟਰ ਦੇ ਵਿੱਚੋਂ ਹੋਰ 3 ਪੈਕਟ ਜਿਹੜੀ ਆ ਹੀਰੋਨ ਰਿਕਵਰ ਕੀਤੀ, ਜਿਹਦਾ ਵੇਟ 1 ਕਿਲੋ ਅਤੇ 15 ਗ੍ਰਾਮ ਹੈ। ਹਾਂਜੀ, ਇਹਦਾ ਦੇਖੋ ਰੇਟ ਬਾਰੇ ਤਾਂ ਮੈਨੂੰ ਪਤਾ ਨਹੀਂ, ਰੇਟ ਬਾਰੇ ਤਾਂ ਵੱਖ ਵੱਖ ਆਈਡੀਆ ਹੁੰਦੇ ਆ, ਇਹ ਵੱਖ ਵੱਖ ਰੇਟ ਨੇ, ਇੰਟਰਨੈਸ਼ਨਲ ਰੇਟ ਵੱਖ ਨੇ, ਇੱਥੇ ਵੱਖ ਨੇ, ਇੱਥੇ ਵੱਖ ਨੇ, ਇਹਦੇ ਬਾਰੇ ਮੈਂ ਕੋਈ ਨਹੀਂ ਕਹਿ ਸਕਦਾ। ਹਾਂਜੀ, ਨਹੀਂ ਜੀ ਨਹੀਂ, ਉਹ ਬਿਲਕੁਲ ਸਾਫ਼ ਸੁਥਰਾ ਉਹਦਾ ਰਿਕਾਰਡ ਆ ਪਿਛਲਾ, ਉਹ ਪਲੇਅਰ ਹੈਗਾ ਕਬੱਡੀ ਦਾ ਬੇਸਿਕਲੀ, ਸਪੋਰਟਸਮੈਨ ਆ ਔਰ ਸਪੋਰਟਸ ਕੋਟੇ 'ਚ ਹੀ ਭਰਤੀ ਹੋਇਆ ਸੀ। ਆਮ ਤੌਰ 'ਤੇ ਇਹਨਾਂ ਕੋਲ ਡਿਊਟੀ ਵੀ ਨਹੀਂ ਲਈ ਜਾਂਦੀ, ਸਰਦੀਆਂ ਦੇ ਵਿੱਚ ਧੁੰਦਾਂ 'ਚ ਜ਼ਿਆਦਾ ਖਤਰਾ ਹੋਣ ਕਰਕੇ BSF ਕਈ ਵਾਰ ਪਲੇਅਰਾਂ ਨੂੰ ਇੱਥੇ ਡਿਪਲਾਈ ਕਰ ਦਿੰਦੀ ਆ, ਉਹਦੇ ਤਹਿਤ ਹੀ ਇਹਨੂੰ BOP ਦੋਕੇ ਭਿੱਖੀ ਪਿੰਡ 'ਚ ਜਿਹੜੀ ਆਉਂਦੀ ਆ ਉਹ ਉੱਥੇ ਇਹਨੂੰ ਡਿਪਲਾਈ ਕੀਤਾ ਸੀ 2 ਮਹੀਨੇ ਵਾਸਤੇ। ਇਹਦਾ ਫਿਲਹਾਲ ਤਾਂ ਕੋਈ ਇਹੋ ਜਿਹੀ ਕਲੂ ਨਹੀਂ ਮਿਲਿਆ, ਔਰ ਆਉਣ ਵਾਲੇ ਸਮੇਂ 'ਚ ਜਦੋਂ ਇਹਨੂੰ ਆਪਾਂ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰਾਂਗੇ, ਹੋ ਸਕਦਾ ਆਓ। ਠੀਕ ਹੈ, ਚਲੋ।